ਤੁਸੀਂ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੇ ਖਿਲਾਫ ਜਿਹੜਾ ਆ ਬਿਆਨਬਾਜ਼ੀ ਕੀਤੀ, ਉਸ ਤੋਂ ਬਾਅਦ ਦਿੱਲੀ ਮੋਰਚੇ ਤੇ ਗਏ, ਉੱਥੋਂ ਜੁੱਤੀਆਂ ਖਾ ਕੇ ਆਏ, ਸ਼ਰਮ ਤੁਹਾਨੂੰ ਫੇਰ ਵੀ ਨਹੀਂ ਆਈ? ਪਰ ਜਾਤ ਪਾਤ ਨੂੰ ਪ੍ਰਮੋਟ ਕਰਨ ਲੱਗ ਗਏ। ਮੈਨੂੰ ਇੱਕ ਗੱਲ ਦਾ ਜਵਾਬ ਦੇ ਬਿੱਟੂਆ, ਤੇਰੇ ਕੈਪਟਨ ਨੇ ਚਮਕੌਰ ਸਾਹਿਬ ਦੀ ਧਰਤੀ ਤੋਂ, ਆਨੰਦਪੁਰ ਸਾਹਿਬ ਦੀ ਧਰਤੀ ਤੋਂ, ਦਰਬਾਰ ਸਾਹਿਬ ਦੀ ਧਰਤੀ ਤੋਂ ਕਿੰਨੇ ਸ਼ਰਾਬ ਦੇ ਠੇਕੇ ਬੰਦ ਕਰਵਾ ਦਿੱਤੇ? ਪਹਿਲਾਂ ਆਪਦੇ ਪਿਓ ਨੂੰ ਕਹਿ ਕੇ ਉਹ ਤਾਂ ਬੰਦ ਕਰਵਾ ਲਾ। ਇੱਕ ਕੁੜੀ ਚੈਲੰਜ ਕਰਦੀ ਆ, ਦੇਖਦੇ ਆ ਤੇਰੇ ਚ ਹਿੰਮਤ ਹੈਗੀ ਕਬੂਲ ਕਰਨ ਦੀ। ਭਾਰਤ ਸਾਥੀਓ, ਕਾਂਗਰਸੀ MP ਰਵਨੀਤ ਸਿੰਘ ਬਿੱਟੂ, ਉਹਨੂੰ ਇੱਕ ਸਲਾਹ ਆ ਕਿ ਇਨਸਾਨ ਦੀ ਜਿਹੜੀ ਜੀਭ ਹੁੰਦੀ ਆ, ਇਹਦੇ ਵਿੱਚ ਹੱਡੀ ਤਾਂ ਨਹੀਂ ਹੁੰਦੀ, ਲੇਕਿਨ ਇਹਦੇ ਚ ਤਾਕਤ ਇੰਨੀ ਹੁੰਦੀ ਆ ਕਿ ਹੱਡੀਆਂ ਤੜਵਾ ਸਕਦੀ ਆ। ਆਏ ਦਿਨ ਇਹ ਜਿਹੜਾ ਬੰਦਾ ਆ ਪੁੱਠੇ ਸਿੱਧੇ ਬਿਆਨ ਦੇ ਕੇ ਸਮਾਜ ਦੇ ਵਿੱਚ ਜਿਹੜਾ ਦੋ ਫਾੜ ਪਾਉਣ ਦਾ ਕੰਮ ਕਰਦਾ ਆ, ਔਰ ਇਸ ਬੰਦੇ ਨੂੰ ਇੱਕ ਕੁੜੀ ਹੋ ਕੇ ਮੈਂ ਚੈਲੰਜ ਕਰਦੀ ਆ, ਤੈਨੂੰ ਮੇਰਾ ਚੈਲੰਜ ਓਪਨ ਚੈਲੰਜ ਆ। ਤੈਨੂੰ ਲੱਗਦਾ ਨਾ ਸੀ ਲੋਕ ਅਪਵਿੱਤਰ ਆ ਜਾ ਫਿਰ ਮਤਲਬ ਸਿੱਧਾ ਮੈਦਾਨ ਦੇ ਵਿੱਚ ਆ ਕੇ ਟੱਕਰ, ਏਦਾਂ ਘਰੇ ਬੈਠ ਕੇ ਵੀਡੀਓ ਪਾ ਕੇ ਗੱਲ ਨਹੀਂ ਬਣਨੀ। ਟਾਈਮ ਵੀ ਤੂੰ ਡਿਸਾਈਡ ਕਰੀ, ਜਗ੍ਹਾ ਵੀ ਤੂੰ ਡਿਸਾਈਡ ਕਰੀ, ਆਊਗਾ ਬਹੁਜਨ ਸਮਾਜ। ਤੁਹਾਡੇ ਜਿਹੜਾ ਇੱਥੇ ਦਿਮਾਗ ਦੇ ਉੱਤੇ ਕੀੜਾ ਚੜਿਆ ਆ ਨਾ ਜਾਤ ਪਾਤ ਦਾ ਕੀੜਾ, ਦਸਤਾਰ ਬੰਨ ਕੇ ਤੁਸੀਂ ਪੰਜਾਬ ਦੇ ਵਿੱਚ ਜਾਤ ਪਾਤ ਨੂੰ ਪ੍ਰਮੋਟ ਕਰਦੇ ਆ, ਉਹ ਕੀੜਾ ਸਾਨੂੰ ਚੰਗੀ ਤਰ੍ਹਾਂ ਲਾਉਣਾ ਆਉਂਦਾ ਆ। ਇੱਕ ਪਾਸੇ ਗਾਂਧੀਵਾਦ ਆ, ਦੂਜੇ ਪਾਸੇ ਅੰਬੇਡਕਰਵਾਦ ਆ। ਗਾਂਧੀ ਨੇ ਵੀ ਸਾਡੇ ਹੱਕਾਂ ਤੇ ਡਾਕੇ ਮਾਰੇ ਸੀ ਤੇ ਹੁਣ ਗਾਂਧੀ ਦੀਆਂ ਔਲਾਦਾਂ ਵੀ ਸਾਡੇ ਹੱਕਾਂ ਤੇ ਡਾਕੇ ਮਾਰ ਰਹੀਆਂ ਆ। ਸ਼ਰਮ ਕਰ, ਕਿਉਂਕਿ ਤੇਰੇ ਵਾਸਤੇ ਉਹ ਗੰਦਾ ਨਾਲਾ ਵੀ ਨਹੀਂ ਬਣਿਆ ਜਿਹਦੇ ਵਿੱਚ ਅਸੀਂ ਕਹਿ ਦਈਏ ਕਿ ਤੂੰ ਡੁੱਬ ਕੇ ਮਰ ਜਾ। ਪਹਿਲਾਂ ਤੁਸੀਂ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੇ ਖਿਲਾਫ ਜਿਹੜਾ ਆ ਬਿਆਨਬਾਜ਼ੀ ਕੀਤੀ, ਉਸ ਤੋਂ ਬਾਅਦ ਦਿੱਲੀ ਮੋਰਚੇ ਤੇ ਗਏ, ਉੱਥੋਂ ਜੁੱਤੀਆਂ ਖਾ ਕੇ ਆਏ, ਸ਼ਰਮ ਤੁਹਾਨੂੰ ਫੇਰ ਵੀ ਨਹੀਂ ਆਈ? ਔਰ ਪੰਜਾਬ ਆ ਕੇ ਤੁਸੀਂ ਜਾਤ ਪਾਤ ਨੂੰ ਪ੍ਰਮੋਟ ਕਰਨ ਲੱਗ ਗਏ? ਮੈਨੂੰ ਇੱਕ ਗੱਲ ਦਾ ਜਵਾਬ ਦੇ ਬਿੱਟੂਆ, ਤੇਰੇ ਕੈਪਟਨ ਨੇ ਚਮਕੌਰ ਸਾਹਿਬ ਦੀ ਧਰਤੀ ਤੋਂ, ਆਨੰਦਪੁਰ ਸਾਹਿਬ ਦੀ ਧਰਤੀ ਤੋਂ, ਦਰਬਾਰ ਸਾਹਿਬ ਦੀ ਧਰਤੀ ਤੋਂ ਕਿੰਨੇ ਸ਼ਰਾਬ ਦੇ ਠੇਕੇ ਬੰਦ ਕਰਵਾ ਦਿੱਤੇ? ਪਹਿਲਾਂ ਆਪਦੇ ਪਿਓ ਨੂੰ ਕਹਿ ਕੇ ਉਹ ਤਾਂ ਬੰਦ ਕਰਵਾ ਲਾ। ਜਦੋਂ ਉਸ ਪਵਿੱਤਰ ਧਰਤੀ ਤੋਂ ਸ਼ਰੇਆਮ ਚਿੱਟਾ ਵਿਕਦਾ, ਸ਼ਰੇਆਮ ਨਸ਼ਾ ਵਿਕਦਾ, ਉਸ ਵੇਲੇ ਨੀ ਤੁਹਾਡੇ ਦਿਲਾਂ ਨੂੰ ਠੇਸ ਪਹੁੰਚਦੀ? ਹੁਣ ਤੇਰੇ ਦਿਲ ਨੂੰ ਜਿਆਦਾ ਦੁੱਖ ਲੱਗਾ ਕਿ ਸੀਟਾਂ ਪਵਿੱਤਰ ਉਹਨਾਂ ਨੂੰ ਦੇ ਦਿੱਤੀਆਂ, ਅਪਵਿੱਤਰ ਲੋਕਾਂ ਨੂੰ? ਸਿੱਧੇ ਤੌਰ ਤੇ ਜਿਹੜਾ ਤੁਹਾਡੇ ਦਿਲ ਦੇ ਵਿੱਚ ਜਾਤ ਪਾਤ ਦਾ ਕੀੜਾ ਸੀਗਾ ਜਿਹੜਾ, ਹਨਾ, ਉਹ ਸਿੱਧਾ ਤੁਹਾਡੀ ਜ਼ੁਬਾਨ ਦੇ ਉੱਤੇ ਆ ਗਿਆ। ਔਰ ਇਹ ਜਿਹੜਾ ਕੀੜਾ ਅਸੀਂ ਚੰਗੀ ਤਰ੍ਹਾਂ ਲਾਉਣਾ ਜਾਣਦੇ ਆ, ਓਪਨ ਚੈਲੰਜ ਆ। ਮੈਂ ਸਾਥੀਆਂ ਨੂੰ ਰਿਕੁਐਸਟ ਕਰੂੰਗੀ ਕਿ ਇਸ ਵੀਡੀਓ ਨੂੰ ਉਸ ਜਾਤ ਦੇ ਹੰਕਾਰੀ ਤੱਕ ਜਿਹੜੀ ਜ਼ਰੂਰ ਪਹੁੰਚਾਈ ਜਾਵੇ। ਮੈਂ ਸੋਚਦੀ ਸੀਗੀ ਕਿ ਵੀਡੀਓ ਨਹੀਂ ਪਾਉਣੀ, ਹੋ ਸਕਦਾ ਇਹ ਬੰਦਾ ਮਾਫੀ ਮੁਫੀ ਮੰਗ ਲਵੇ ਕਿਤੇ, ਇਹਨੂੰ ਅਕਲ ਉਕਲ ਆ ਜਾਵੇ, ਕਿਉਂਕਿ ਆਏ ਦਿਨ ਇਹ ਜਿਹੜਾ ਲੋਕਾਂ ਦੇ ਕੋਲੋਂ ਛਿੱਤਰ ਖਾਣ ਦਾ ਕੰਮ ਕਰਦਾ, ਲੇਕਿਨ ਅਕਲ ਇਸ ਬੰਦੇ ਨੂੰ ਫੇਰ ਨਹੀਂ ਆਉਂਦੀ। ਹੁਣ ਵੀ ਪੂਰੇ ਪੰਜਾਬ ਦੀ ਧਰਤੀ ਤੇ ਜਗ੍ਹਾ ਜਗ੍ਹਾ ਇਸ ਬੰਦੇ ਦੇ ਪੁਤਲੇ ਫੂਕ ਹੋ ਰਹੇ ਆ। ਇਸ ਬੰਦੇ ਨੇ ਜਿਹੜੀ ਆਪਣੇ ਸਿਰ ਦੇ ਉੱਤੇ ਦਸਤਾਰ ਸਜਾਈ ਆ, ਇਹ ਉਸ ਦਸਤਾਰ ਦੇ ਲਾਇਕ ਨਹੀਂ ਹੈਗਾ। ਕਿਉਂ? ਕਿਉਂਕਿ ਇਹ ਉਸ ਪਾਰਟੀ ਦੇ ਵਿੱਚ ਜਾ ਕੇ ਬੈਠਾ ਜਿਸ ਪਾਰਟੀ ਨੇ ਦਰਬਾਰ ਸਾਹਿਬ ਦੇ ਉੱਤੇ ਹਮਲਾ ਕੀਤਾ। ਤੁਸੀਂ ਤਾਂ ਖੁਦ ਕੌਮ ਦੇ ਗੱਦਾਰ ਹੋ, ਦਸਤਾਰ ਬੰਨ ਕੇ ਤੁਸੀਂ ਜਿਹੜਾ ਆ ਜਾਤ ਪਾਤ ਨੂੰ ਫੈਲਾ ਰਹੇ ਹੋ, ਦਸਤਾਰ ਦੀ ਬੇਅਦਬੀ ਕਰੋ। ਓਪਨ ਚੈਲੰਜ ਆ, ਬਿੱਟੂਆ ਛੁੱਟੂਆ, ਜੇ ਜਾਤ ਪਾਤ ਦੀ ਗੱਲ ਕੀਤੀ ਆ ਤਾਂ ਫਿਰ ਰੜੇ ਮੈਦਾਨ ਦੇ ਵਿੱਚ ਆ ਕੇ ਟੱਕਰ, ਤੈਨੂੰ ਬਹੁਜਨ ਸਮਾਜ ਦੱਸੂਗਾ। ਔਰ ਜਿੰਨੀਆਂ ਜਥੇਬੰਦੀਆਂ, ਜਿੰਨੀਆਂ ਫੋਰਸਾਂ ਨਾ, ਹਰ ਇੱਕ ਮੁੱਦੇ ਦੇ ਉੱਤੇ ਬੋਲਦੀਆਂ ਆ, ਇਸ ਮੁੱਦੇ ਤੇ ਕਿਉਂ ਚੋਪਾ? ਮੈਨੂੰ ਇਸ ਗੱਲ ਦੀ ਸਮਝ ਨਹੀਂ ਲੱਗੀ। ਔਰ ਉਹਨਾਂ ਨੂੰ ਵੀ ਸਾਰਿਆਂ ਨੂੰ ਇੱਕ ਸਵਾਲ ਆ ਕਿ ਉਹ ਫੋਰਸਾਂ ਆ ਜਿਹੜੀਆਂ ਆ, ਉਹ ਇਸ ਕਾਂਗਰਸ ਦੇ ਕਹਿਣ ਦੇ ਉੱਤੇ ਸਭ ਕੁਝ ਕਰਦੀਆਂ ਆ ਸਮਾਜ ਦੇ ਵਿੱਚ? ਸਮਾਜ ਦੇ ਵਿੱਚ ਛੋਟੀ ਜਿਹੀ ਵੀ ਦੁਰਘਟਨਾ ਵਾਪਰ ਜਾਂਦੀ ਆ ਤੇ ਸਭ ਤੋਂ ਪਹਿਲਾਂ ਸਟੇਟਮੈਂਟ ਆ ਜਾਂਦੀ ਆ, ਹੁਣ ਕਿਉਂ ਚੁੱਪ ਆ? ਉਸ ਬੰਦੇ ਨੇ ਸ਼ਰੇਆਮ ਇਹ ਗੱਲ ਕਹੀ ਆ ਕਿ ਅਸੀਂ ਲੋਕ ਅਪਵਿੱਤਰ ਆ। ਉਸ ਬੰਦੇ ਦੇ ਦਿਮਾਗ ਦੇ ਉੱਤੇ ਜਾਤ ਪਾਤ ਦਾ ਕੀੜਾ ਜਿਹੜਾ ਆ ਨਾ ਚੜਿਆ, ਉਹਨੂੰ ਜਿਹੜਾ ਹੁਣ ਲਾ ਕੇ ਦੱਸਾਂਗੇ ਰਵਨੀਤ ਬਿੱਟੂ। ਜੇ ਹਿੰਮਤ ਹੈਗੀ ਆ ਤਾਂ ਬਹੁਜਨ ਸਮਾਜ ਨੂੰ ਮੈਦਾਨ ਚ ਆ ਕੇ ਟੱਕਰੋ। ਘਰੇ ਬਹਿ ਕੇ ਬਿਆਨ ਦੇਣੇ ਬਹੁਤ ਸੌਖੇ ਆ। ਇੱਕ ਕੁੜੀ ਚੈਲੰਜ ਕਰਦੀ ਆ, ਦੇਖਦੇ ਆ ਤੇਰੇ ਚ ਹਿੰਮਤ ਹੈਗੀ ਕਬੂਲ ਕਰਨ ਦੀ। ਜੈ ਭੀਮ, ਜੈ ਭਾਰਤ। ਸਾਥੀਓ, ਵੀਡੀਓ ਨੂੰ ਬਿੱਟੂ ਛੁੱਟੂ ਤੱਕ ਜ਼ਰੂਰ ਪਹੁੰਚਾ ਦਿਓ।